ਆ ਦੋ ਕੈਨੇਡਾ ਵਾਲੇ ਆਉਂਦੇ ਆ, ਇਹਨਾਂ ਨੂੰ ਪੁੱਛਦੇ ਕੀ ਹਾਲ ਚਾਲ ਆ। ਹਾਂਜੀ ਸਤਿ ਸ੍ਰੀ ਅਕਾਲ ਕੈਨੇਡਾ ਵਾਲਿਓ। ਤੇ ਹਾਂਜੀ ਤੁਹਾਨੂੰ ਕੈਨੇਡਾ ਪਸੰਦ ਆ ਕਿ ਇੰਡੀਆ? ਤੈਨੂੰ ਇੰਡੀਆ ਪਸੰਦ ਆ? ਇੰਡੀਆ ਚ ਦਾਦੀ ਦਾਦੂ ਦੀ ਯਾਦ ਆਉਂਦੀ ਆ। ਤੇ ਹਾਂਜੀ ਭਾਜੀ ਤੁਹਾਨੂੰ ਕੈਨੇਡਾ ਸੋਹਣਾ ਆ? ਕੈਨੇਡਾ ਸੋਹਣਾ ਆ। ਅੱਛਾ ਹਾਂਜੀ ਤੁਹਾਨੂੰ ਇੰਡੀਆ ਦੀ ਕਿਹੜੀ ਚੀਜ਼ ਯਾਦ ਆਉਂਦੀ ਆ? ਤੁਹਾਨੂੰ ਕੈਨੇਡਾ ਦਾ ਕੀ ਪਸੰਦ ਆ? ਪਸੰਦ ਆ ਕਿ ਇੱਥੇ ਸਾਫ ਸਫਾਈ ਆ ਸਾਰੇ ਕਿਤੇ, ਜਿੱਥੇ ਮਰਜ਼ੀ ਚਲ ਜਾਓ ਡਰ ਡੁਰ ਕੁਛ ਨਹੀਂ ਹੈਗਾ। ਅੱਛਾ ਤੇ ਸਕੂਲੇ ਪੜ੍ਹਾਈ ਨਹੀਂ ਜ਼ਿਆਦਾ ਕਰਨੀ ਪੈਂਦੀ ਹੈਗੀ, ਕਿਤਾਬਾਂ ਦਾ ਬੋਝ ਨਹੀਂ ਹੈਗਾ। ਨਹੀਂ ਅੱਛਾ ਕਿਤਾਬਾਂ ਦਾ ਬੋਝ ਨਹੀਂ ਹੈਗਾ, ਇਹ ਗੱਲ ਤਾਂ ਸਹੀ ਆ। ਠੀਕ ਆ, ਵੈਰੀ ਗੁੱਡ। ਜੇ ਤੁਹਾਨੂੰ ਦਾਦੀ ਦੀ ਯਾਦ ਆਉਂਦੀ ਆ ਤੇ ਦਾਦੀ ਨੂੰ ਇੱਥੇ ਬੁਲਾ ਲਓ। ਦਾਦੀ ਨੂੰ ਬੁਲਾ ਤਾਂ ਲੈਂਦਾ ਪਰ ਵੀਜ਼ਾ ਨਹੀਂ ਲੱਗਦਾ, ਕੀ ਕਰਾਂ? ਓਏ ਵੀਜ਼ਾ ਨਹੀਂ ਲੱਗਦਾ? ਅੱਛਾ ਹਾਂਜੀ, ਹੋਰ ਤੁਹਾਨੂੰ ਕੈਨੇਡਾ ਦਾ ਦੱਸੋ ਕੀ ਪਸੰਦ ਆ? ਪਸੰਦ ਆ ਜਿਵੇਂ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਜ਼ਿਆਦੀਆਂ ਚੀਜ਼ਾਂ ਨੇ, ਹਰੇਕ ਜਗ੍ਹਾ ਤੇ ਮੋਸਟਲੀ ਹਰੇਕ ਪਲਾਜ਼ੇ ਤੇ ਸਵਿਮਿੰਗ ਪੂਲ ਬਣੇ ਹੋਏ ਆ। ਅੱਛਾ ਤੇ ਸਕੂਲੇ ਵੀ ਬਹੁਤ ਸੋਹਣੇ ਪਲੇਗਰਾਊਂਡ ਬਣੇ ਹੋਏ ਆ, ਤੇ ਇੱਥੇ ਖੇਡਣ ਨੂੰ ਸਕੂਲੇ ਵੀ ਤੁਹਾਨੂੰ ਜ਼ਿਆਦਾ ਟਾਈਮ ਮਿਲਦਾ ਆ। ਇੰਡੀਆ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 3 ਦਿਨ ਹੀ ਜਾਣਾ ਪੈਂਦਾ ਬਸ। ਅੱਛਾ ਠੀਕ, ਮੇਰੀ ਵਾਰੀ। ਉਹ ਤੁਸੀਂ ਡਿੱਗਣਾ ਪਿਓ। ਹਾਂਜੀ ਜੀ, ਇੱਥੇ ਤਾਂ ਖੁੱਲੀਆਂ ਖੁੱਲੀਆਂ ਥਾਂ ਆ ਖੇਡਣ ਵਾਸਤੇ, ਇੱਥੇ ਤਾਂ ਬੇਸਮੈਂਟ ਚ ਹੀ ਰਹਿਣਾ ਪੈਂਦਾ। ਤੇ ਬੇਸਮੈਂਟ ਚ ਰਹਿਣਾ ਪੈਂਦਾ? ਸਕੂਲੇ ਵੀ ਤਾਂ ਜਾਂਦੇ ਹੀ ਆ। ਹੈਂ, ਸਕੂਲੇ ਖੇਡਦੇ ਆ ਫਿਰ? ਹਾਂ ਸਕੂਲੇ ਤਾਂ ਜਾਂਦੇ ਆ, ਸਕੂਲੇ ਜਾਂਦੇ ਆ ਨਾ। ਅਸੀਂ ਸਕੂਲੇ ਖੇਡ ਲਿਆ ਕਰੋ, ਹੁਣ ਕਿੰਨੀ ਖੁੱਲੀ ਗਰਾਊਂਡ ਆ, ਖੇਡ ਲਓ, ਭੱਜ ਲਓ ਇੱਧਰ ਨੂੰ, ਭੱਜ ਲਓ, ਗੱਡੀ ਵਾਲ ਨੂੰ ਨਾ ਜਾਇਓ, ਇੱਧਰ ਨੂੰ ਭੱਜ ਲਓ, ਲੈ ਭੱਜੋ ਜਿੱਥੋਂ ਤੱਕ ਮਰਜ਼ੀ ਭੱਜੋ, ਭੱਜ ਕੇ ਆਓ, ਚਲੋ ਲੈ ਖੁੱਲੇ ਖੁੱਲੇ ਵੇਹਰੇ ਆ, ਕਹਿੰਦੀ ਆ ਜਾ ਵੇਹਰੇ ਆ। ਚਲ ਠੀਕ ਆ, ਖੁੱਲੇ ਖੁੱਲੇ ਵੇਰੇ ਫਿਰ ਆ ਜਾਓ, ਖੁੱਲੇ ਖੁੱਲੇ। ਹਾਂਜੀ ਜੀ, ਤੁਸੀਂ ਦੱਸੋ ਕੈਨੇਡਾ ਵਾਲਿਓ। ਇੱਥੇ ਵਾਤਾਵਰਨ ਸੋਹਣਾ ਆ ਤੇ ਨੇਚਰ ਜ਼ਿਆਦਾ ਆ, ਤੇ ਇੱਥੇ ਇਹ ਮੈਨੂੰ ਇੱਦਾਂ ਪਸੰਦ ਕਿਉਂਕਿ ਮੈਨੂੰ ਨੇਚਰ ਜ਼ਿਆਦਾ ਪਸੰਦ ਆ, ਤੇ ਇੱਥੇ ਹਰੇਕ ਕਿਤੇ ਬਹੁਤ ਸੋਹਣੇ ਸੋਹਣੇ ਜ਼ਿਆਦਾ ਜ਼ਿਆਦਾ ਟਰੀਜ਼ ਤੇ ਪਲਾਂਟਸ ਲੱਗੇ ਹੁੰਦੇ ਆ, ਤੇ ਇੱਥੇ ਮਤਲਬ ਕਿ ਵਾਤਾਵਰਨ ਸੋਹਣਾ ਆ। ਨਹੀਂ ਤਾਂ ਇੰਡੀਆ 'ਚ ਮੈਨੂੰ ਹਾਲੇ ਜ਼ੁਕਾਮ ਹੀ ਲੱਗਾ ਰਹਿੰਦਾ ਸੀਗਾ। ਅੱਛਾ, ਪ੍ਰਦੂਸ਼ਣ ਨਾ, ਜ਼ੁਕਾਮ, ਖੰਘ, ਜ਼ੁਕਾਮ, ਛਾਤੀ ਰੁਕੀ ਰਹਿੰਦੀ ਸੀ। ਹੈਂ, ਇੱਥੇ ਨਹੀਂ, ਇੱਥੇ ਮਿੱਟੀ ਨਹੀਂ ਹੈਗੀ ਤਾਂ ਕਰਕੇ, ਮਿੱਟੀ ਵੀ ਨਹੀਂ ਹੈਗੀ ਤੇ ਧੂਆਂ ਵੀ ਨਹੀਂ ਹੈਗਾ, ਹੈ ਨਾ, ਸਾਫ਼ ਆ ਇੱਥੇ, ਛਿੱਕਾਂ ਜ਼ੁਕਾਮ ਨਹੀਂ ਆਉਂਦਾ, ਹੈ ਨਾ, ਖੰਘ ਨਹੀਂ ਆਉਂਦੀ। ਕੁੱਟ ਵੀ ਖਾਓਗੇ ਤੇ ਕੋਈ ਨਾ, ਇੰਡੀਆ ਜਾ ਕੇ ਕੁੱਟਾਂਗੇ ਵੀ ਤੁਹਾਨੂੰ ਫਿਰ ਅਸੀਂ।